ਦੋ ਪਹੀਆਂ ਵਾਲੇ ਵਾਕਰ ਨਾਲ ਤੁਰਨਾ ਸਰਜਰੀ ਤੋਂ ਬਾਅਦ ਕੁਝ ਲੋਕ ਪਹਿਲਾਂ ਦੋ ਪਹੀਆਂ ਵਾਲੇ ਵਾਕਰ ਦੀ ਵਰਤੋਂ ਕਰਦੇ ਹਨ ਇਸ ਵਾਕਰ ਨਾਲ ਤੇਜ਼ ਤੁਰਿਆ ਜਾ ਸਕਦਾ ਹੈ ਅਤੇ ਇਹ ਕਾਰਪਟ ਉੱਪਰ ਆਸਾਨੀ ਨਾਲ ਕਿਸੜਦਾ ਹੈ ਸਧਾਰਨ ਵਾਕਰ ਵਾਂਗ ਹੀ ਬਾਹਾਂ ਨਾਲ ਵਾਕਰ ਅੱਗੇ ਨੂੰ ਘੁੜੀਸੋ ਅਤੇ ਪਹਿਲਾਂ ਆਪਣੀ ਸਰਜਰੀ ਹੋਈ ਲੱਤ ਨੂੰ ਅੱਗੇ ਧਰੋ ਅਤੇ ਫਿਰ ਆਪਣੀ ਮਜ਼ਬੂਤ ਲੱਤ ਅੱਗੇ ਵਧਾਓ ਜਦੋਂ ਤੁਸੀਂ ਸਿੱਧੇ ਖੜੇ ਹੋਵੋ ਅਤੇ ਤੁਹਾਡੀਆਂ ਬਾਹਾਂ ਤੁਹਾਡੀ ਸਾਈਡ ਤੇ ਹੋਣ ਤਾਂ ਦੋ ਪਹੀਆਂ ਵਾਲੇ ਵਾਕਰ ਦੇ ਹੈਂਡਲ ਤੁਹਾਡੀ ਗੁੱਟ ਦੇ ਕਰੀਜ਼ ਤੇ ਆਉਣੇ ਚਾਹੀਦੇ ਹਨ